18 जनवरी नूं रिलीज़ होने वाली पंजाबी फिल्म काका जी की स्टारकास्ट साढ़े नाल इस वेले है। साढ़े नाल ने जगजीत संधू यानी भोला ते उन्हां दे नाल ने धीरज। किस तरीके का इस फिल्म दे विच इन्हां दा किरदार रहूगा उन्हां कोलों पुछदे हां। हाँ जी संधू साहब, किस तरीके का किरदार है तुहाडा इस मूवी दे विच? तुसीं मैं पहलां ना फोटो दिखाऊंगा, आह खड़ा इहदा नाम रिकॉर्ड कलाकार, जिहड़ियां तुसीं बाकी फिल्मां देखियां ਜਿਵੇਂ ਉਸ ਕਿਰਦਾਰ ਨੂੰ। ਮੈਨੂੰ ਖੁਸ਼ੀ ਹੁੰਦੀ ਜਦੋਂ ਕੋਈ ਮੈਨੂੰ ਭੋਲਾ ਕਹਿੰਦਾ, ਕਮ ਸੇ ਕਮ ਤੁਸੀਂ ਉਸ ਭੋਲੇ ਨਾਲ ਤਾਂ ਜੁੜੇ ਹੈ ਨਾ। ਹਰ ਫਿਲਮ 'ਚ ਮੈਂ ਜਗਜੀਤ ਸੰਧੂ ਤਾਂ ਨਹੀਂ ਹੁੰਦਾ, ਅਤੇ ਇਸ ਫਿਲਮ 'ਚ ਵੀ ਮੈਂ ਜਗਜੀਤ ਸੰਧੂ ਨਹੀਂ ਰਹੂੰਗਾ। ਉਹਦਾ ਨਾਂ ਹੈ ਕਰੈਕਟਰ ਦਾ ਨਾਮ ਹੈ ਰਿਕਾਰਡ ਕਲਾਕਾਰ। ਇਸ ਫਿਲਮ ਤੋਂ ਬਾਅਦ ਮੈਨੂੰ ਇੰਨਾ ਪਤਾ ਕਿ ਰਿਕਾਰਡ ਮੈਨੂੰ ਕਹਿਣ ਲੱਗ ਜਾਣਗੇ, ਅਤੇ ਮੈਨੂੰ ਖੁਸ਼ੀ ਹੁੰਦੀ ਜਦੋਂ ਕੋਈ ਕਿਰਦਾਰ ਨਾਲ ਨਾਮ ਲੈ ਕੇ ਬੁਲਾਉਂਦਾ। ਅਤੇ ਜ਼ਿਆਦਾਤਰ ਲੋਕ ਤੁਹਾਨੂੰ ਜਾਣਦੇ ਵੀ ਭੋਲੇ ਦੇ ਨਾਮ ਨਾਲ, ਅਸੀਂ ਨਾਮ ਜਾਣਦੇ। ਗੱਬਰ ਨੂੰ ਕੌਣ ਕਹਿੰਦਾ ਸੀ? ਅਮਜਦ ਖਾਨ। ਅਤੇ ਉਹੀ ਚੀਜ਼ ਹੈ, ਇਸ ਦਾ ਕਰੈਕਟਰ ਦਾ ਨਾਂ ਰਿਕਾਰਡ ਕਲਾਕਾਰ। ਕਲਾਕਾਰ ਤੋਂ ਤੁਹਾਨੂੰ ਥੋੜ੍ਹਾ ਜੱਜ ਲੱਗ ਜਾਣਾ ਕਿ ਪਿੰਡ 'ਚ ਇਹਦੀ ਦੁਕਾਨ ਆ, ਵੀ ਸੀ ਆਰ ਕੈਸਟਾਂ, ਹੈ ਨਾ, ਇਹਦਾ ਉੱਦਾਂ ਦੀ ਦੁਨੀਆ ਇਹਦੀ। ਅਤੇ ਬਹੁਤ ਇੰਟਰਟੇਨਿੰਗ ਹੈ, ਇਹਦੇ 'ਚ ਉਹ ਹੋਰ ਹੀ ਗਾਣੇ ਗੁਣੇ ਜੇ ਲਿਖਦਾ। ਅੱਜ ਕੱਲ੍ਹ ਜਿਵੇਂ ਟਰੈਂਡ ਚੱਲਿਆ ਨਾ ਕਿ ਗਾਣੇ ਸ਼ਬਦਾਂ 'ਚ ਘੱਟ ਧਿਆਨ ਦਿੰਦੇ ਆ, ਧੁੰਮ ਧੁੰਮ 'ਤੇ ਜ਼ਿਆਦਾ ਹੁੰਦਾ, ਅਤੇ ਉੱਦਾਂ ਦਾ ਕਿਰਦਾਰ ਬੈਠਾ ਬੈਠਾ ਗਾਣੇ ਲਿਖ ਦਿੰਦਾ, ਅਤੇ ਉਹ ਗਾਣੇ ਐਡੇ ਚੰਦਰੇ ਹੋਣਗੇ ਉਹ ਤੁਹਾਨੂੰ ਫਿਲਮ 'ਚ ਪਤਾ ਲੱਗਣ। ਜੀ ਬਿਲਕੁਲ, ਗਾਣੇ ਤਾਂ ਚੰਦਰੇ ਹੋਣਗੇ ਹੀ, ਕਿਉਂਕਿ ਕਿਰਦਾਰ ਵੀ ਉਵੇਂ ਜਿਹਾ ਨਿਭਾ ਰਹੇ ਨੇ ਜਿਹੜੇ ਭੋਲਾ ਜਿਹਨੂੰ ਕਿਹਾ ਜਾਂਦਾ। ਅਤੇ ਧੀਰਜ ਸਾਡੇ ਨਾਲ ਨੇ, ਧੀਰਜ ਤੁਹਾਡਾ ਕਿਸ ਤਰੀਕੇ ਦਾ ਕਿਰਦਾਰ? ਮੇਰੇ ਕਿਰਦਾਰ ਦਾ ਨਾਂ ਰਣਧੀਰ ਮਾਸਟਰ, ਅਤੇ ਇਹ ਗਾਣੇ ਪੜ੍ਹਦਾ ਮੈਂ ਸੁਣਦਾ। ਅਤੇ ਸੁਣ ਲੈਂਦੇ ਹੋ ਜੀ? ਹਾਂ, ਮਤਲਬ ਉਹ ਸੈਡ ਸੌਂਗ ਸੁਣਦਾ, ਉਹਦੀ ਇੱਕ ਦੁਨੀਆ, ਅਤੇ ਉਹ ਕਿਵੇਂ ਸਟੋਰੀ ਵਿੱਚ ਆਉਂਦਾ ਦੂਜੇ ਕਿਰਦਾਰਾਂ ਨਾਲ ਔਰ ਕਿਵੇਂ ਚੇਂਜ ਹੁੰਦੀ ਆ, ਉਹ ਤੁਸੀਂ ਫਿਲਮ ਦੇ ਵਿੱਚ ਦੇਖੋਗੇ। ਥੋੜ੍ਹਾ ਜਿਹਾ ਸਸਪੈਂਸ ਥ੍ਰਿਲਰ ਹੈ ਕਰੈਕਟਰ। ਸੈੱਟ ਦੀ ਗੱਲ ਕੀਤੀ ਜਾਵੇ ਤਾਂ ਕੌਣ ਜ਼ਿਆਦਾ ਮਸਤੀ ਕਰਦਾ ਸੀ? ਦੇਵ ਭਾਅ ਜੀ ਕਰਦੇ ਸੀ, ਤੁਸੀਂ ਕਰਦੇ ਸੀ, ਕਿਸ ਤਰੀਕੇ ਦਾ ਮਾਹੌਲ ਰਹਿੰਦਾ ਸੀ ਸੈੱਟ ਦੇ ਵਿੱਚ? ਸਵਾਲ ਹੀ ਹੁਣ ਸਾਡੇ ਲਈ ਐਂ ਹੋ ਗਿਆ, ਮਸਤੀ ਸਾਡੇ ਸੈੱਟ 'ਤੇ ਮਸਤੀ ਨਾ ਹੋਵੇ। ਇਹ ਤਾਂ ਮਿੰਟ ਮਿੰਟ 'ਤੇ ਮਤਲਬ ਹਰ ਸੈਕਿੰਡ 'ਤੇ ਲੱਗੇ ਰਹਿੰਦੇ ਸੀਗੇ ਨਾ, ਕਿਸੇ ਦਾ ਖਿੱਚੀ ਜਾਣਾ, ਐਂ ਕਰੀ ਜਾਣਾ। ਇੱਥੋਂ ਤੱਕ ਮਜ਼ਾਕ ਕਿ ਕਈ ਵਾਰ ਤਾਂ ਕਿਉਂ ਦੇਣ ਵੇਲੇ ਵੀ ਐਂ ਜੇ ਕਰੀ ਜਾਂਦੇ ਸੀ, ਉਹਦਾ ਹਾਸਾ ਨਿਕਲਦੇ। ਬਹੁਤ ਸਾਰੇ ਹੀ ਬਹੁਤ ਕਰਦੇ ਆ ਸਾਡੇ ਨਾਲ ਜਿਹੜੀ ਟੀਮ 'ਚ ਬੈਠੇ ਆਲਰੇਡੀ, ਕਿਉਂਕਿ ਬੌਂਡਿੰਗ ਇੰਨੀ ਹੋ ਗਈ। ਇਹਦੇ ਤੋਂ ਪਹਿਲਾਂ ਵੀ ਇਹਨਾਂ ਡਾਇਰੈਕਟਰ ਨਾਲ ਵੀ ਕੰਮ ਕੀਤਾ ਹੋਇਆ, ਪਰ ਕੰਮ ਦੇ ਟਾਈਮ ਅਸੀਂ ਕੰਮ ਕਰਦੇ ਹਾਂ, ਮਜ਼ਾਕ ਦੇ ਟਾਈਮ ਮਜ਼ਾਕ ਕਰਦੇ ਹਾਂ। ਜਿਹੜੀ ਚੀਜ਼ ਹੱਸ ਖੇਡ ਕੇ ਬਣ ਜਾਵੇ ਉਹਦਾ ਫਿਰ ਵੱਖਰੀ ਮਜ਼ਾ ਆਉਂਦਾ। ਅਸੀਂ ਕਦੇ ਵੀ ਵੈਨਿਟੀ 'ਚ ਅਲੱਗ ਅਲੱਗ ਨਹੀਂ ਹੁੰਦੇ, ਔਰ ਪੂਰਾ ਐਂ ਲੱਗਦਾ ਜਿਵੇਂ ਰੇਲਵੇ ਜਾ ਰਹੀ ਨਾ, ਟ੍ਰੇਨ ਜਾ ਰਹੀ ਆ, ਪੂਰੇ ਡੱਬੇ ਦੇ ਵਿੱਚ ਬੈਠੇ ਆ। ਤਾਂ ਅਸੀਂ ਕਦੇ ਵੀ ਇਹ ਨਹੀਂ ਹੋ ਸਕਦਾ ਵੀ ਇਕੱਲੇ ਬੈਠੇ ਹਾਂ ਆਪਦੀ ਵੈਨਿਟੀ 'ਚ, ਨਹੀਂ, ਜਿੱਥੇ ਬੈਠੇ ਸਾਰੇ ਉੱਥੇ ਇਕੱਠੇ ਚੱਲੋ। ਸੋ ਉਹ ਬੜਾ ਵਧੀਆ ਮਜ਼ਾ ਤਾਂ ਹੋ ਗਿਆ। ਬਾਕੀ ਇੰਨਾ ਗੱਲ ਆ ਵੀ ਤੁਹਾਡੇ ਓਪੋਜ਼ਿਟ ਕੋਈ ਕਲਾ ਐਕਟਰਸ ਨਹੀਂ ਲਈ, ਕੀ ਕਾਰਨ ਹੈ? ਦੇਖੋ, ਮੈਂ ਇਹ ਐਸੋਸੀਏਸ਼ਨ 'ਚ ਮੰਗ ਰੱਖਣੀ ਹੈ ਕਿ ਜ਼ਰੂਰੀ ਨਹੀਂ ਹੈ ਯਾਰ ਹੀਰੋਇਨ ਹੀਰੋਇਨ ਮਿਲਣੀ ਚਾਹੀਦੀ ਯਾਰ, ਬਾਕੀ ਤਾਂ ਬੰਦੇ ਹੁੰਦੇ ਯਾਰ, ਬਾਕੀ ਇਹਨੂੰ ਵੀ ਦਿਓ ਯਾਰ, ਐਲਾ ਕਰਿਆ ਕਰੂਗੀ। ਹਰੇਕ ਦਾ ਜੇ ਬੰਦੇ ਦਾ ਵਿਆਹ ਹੁੰਦਾ ਦੂਜਿਆਂ ਦਾ ਵੀ ਕਿਰਦਾਰਾਂ ਦਾ ਜੀ ਕਰਦਾ, ਬਾਕੀ ਇਹੋ ਜਿਹੀ ਗੱਲ ਨਹੀਂ ਹੈਗੀ। ਫਿਲਮ 'ਚ ਤੁਹਾਨੂੰ ਪਤਾ ਲੱਗ ਜੂਗਾ ਕਿ ਹਾਂ। ਰੁਪਿੰਦਰ ਗਾਂਧੀ ਦੀ ਗੱਲ ਕਰੀਏ ਤਾਂ ਰੁਪਿੰਦਰ ਗਾਂਧੀ 1, 2, ਫਿਰ ਉਸ ਤੋਂ ਬਾਅਦ ਡਾਕੂਆਂ ਦਾ ਮੁੰਡਾ, ਅਤੇ ਕਿਵੇਂ ਡਿਫਰੈਂਟ ਰਹੇ, ਕੀ ਡਿਫਰੈਂਸ ਰਹੇਗਾ ਇਸ ਮੂਵੀ ਦੇ ਵਿੱਚ? ਡਿਫਰੈਂਸ ਇਹ ਹੈ ਕਿ ਜਿਹੜੀਆਂ ਪਹਿਲੀਆਂ ਕੀਤੀਆਂ ਬਾਇਓਪਿਕ ਨੇ, ਅਤੇ ਬਾਇਓਪਿਕ ਬਣਾਉਣੀ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ। ਇਹ ਸੋਚਿਆ ਇਸ ਵਾਰ ਥੋੜ੍ਹਾ ਲਾਈਟ ਜਿਹਾ ਵੀ ਕਰ ਲਈ ਯਾਰ, ਸਾਨੂੰ ਕੀ ਲੋੜ ਪਈ ਆ ਹਰ ਕਿਰਦਾਰ 'ਚ। ਪਹਿਲੀ ਫਿਲਮ 'ਚ ਮੈਂ ਜਰਦਾ ਖਾਂਦਾ ਸੀਗਾ, ਫਿਰ ਮੈਂ ਸਿਗਰਟਾਂ ਪੀਂਦਾ ਸੀਗਾ, ਮੋਸਟਲੀ ਲੋਕ ਇਹ ਸਮਝਣ ਲੱਗ ਗਏ ਅੱਛਾ ਇਹ ਤਾਂ ਐਂ ਫੜ ਲਿਆ ਸੀ ਜਰਦਾ ਖਾਂਦਾ ਹੀ, ਤਾਂ ਫਿਲਮਾਂ 'ਚ ਆ ਗਿਆ। ਉਹਨਾਂ ਨੂੰ ਮੈਂ ਕਲੀਅਰ ਕਰ ਦੇਣਾ ਚਾਹੁੰਦਾ, ਬਾਈ ਬਕਾਇਦਾ ਸਟੱਡੀ ਕੀਤੀ ਇਸ ਚੀਜ਼ ਦੀ, ਹੈ ਨਾ, ਪੜ੍ਹੇ ਲਿਖੇ ਹਾਂ, ਸਾਰਾ ਯੂਨੀਵਰਸਿਟੀ ਲੈਵਲ ਤੱਕ ਸਾਡੀ ਸਟੱਡੀ ਹੋਈ ਹੈ ਐਕਟਿੰਗ ਦੀ। ਉਹ ਕਿਰਦਾਰ ਨੂੰ ਨਿਭਾਉਣ ਲਈ ਉੱਦਾਂ ਦਾ ਬਣੇ ਸੀਗੇ ਯਾਰ, ਉਹ ਤੂੰ ਬਹੁਤ ਮਾੜਾ ਸੀ, ਹੁਣ ਤੂੰ ਥੋੜ੍ਹਾ ਮੋਟਾ ਹੋ ਗਿਆ, ਹੁਣ ਤੂੰ ਜੀਨਾ ਪਾਈ ਫਿਰਦਾ। ਉਹ ਇੱਦਾਂ ਨਹੀਂ ਹੁੰਦਾ, ਫਿਲਮ ਫਿਲਮ ਹੁੰਦੀ ਹੈ। ਅਤੇ ਇਹ ਜਿਹੜੀ ਇਹ ਡੋਜ਼ ਆ ਜਿਹੜੀ ਕਾਕਾ ਜੀ ਵਾਲੀ ਹੈ, ਮੈਂ ਇੰਨਾ ਚਲੋ ਦਾਵਾ ਨਹੀਂ ਕਰਨਾ ਚਾਹੀਦਾ, ਹਰੇਕ ਨੂੰ ਵੈਸੇ ਆਪਣੀ ਫਿਲਮ ਵਧੀਆ ਲੱਗਦੀ ਹੁੰਦੀ ਹੈ। ਮੈਂ ਇਸ ਦਾ ਕੁਐਸਚਨ ਤੁਸੀਂ ਫਿਲਮ ਤੋਂ ਬਾਅਦ ਪੁੱਛੋ ਤੁਹਾਨੂੰ ਜ਼ਿਆਦਾ ਪਤਾ ਲੱਗੂਗਾ, ਕਿਉਂਕਿ ਡਾਕੂਆਂ ਦੇ ਮੁੰਡੇ ਵੇਲੇ ਅਸੀਂ ਪਹਿਲਾਂ ਕਹਿ ਦਈਏ, ਪਰ ਉਹ ਫਿਲਮ ਬਾਅਦ 'ਚ ਜ਼ਿਆਦਾ ਲੋਕਾਂ ਨੇ ਪਸੰਦ ਕੀਤੀ ਹੈ ਨਾ। ਅਤੇ ਮੈਨੂੰ ਲੱਗਦਾ ਵੀ ਜਿਹੜੀ ਬਾਕੀ ਫਿਲਮਾਂ ਨਾਲੋਂ ਇਹ ਡੋਜ਼ ਆ ਜਿਹੜੀ ਇੰਟਰਟੇਨਮੈਂਟ ਦੀ, ਇਹ ਜ਼ਿਆਦਾ ਹੈ, ਇੰਨੀ ਮੈਂ ਜ਼ਰੂਰ ਕਹਿ ਸਕਦਾ। ਜੀ ਬਿਲਕੁਲ, ਕੀ ਮੈਸੇਜ ਦੇਣਾ ਚਾਹੋਗੇ ਤੁਸੀਂ ਜੇ ਆਪਣੇ ਦਰਸ਼ਕਾਂ ਨੂੰ, ਕੀ ਕਹਿਣਾ ਚਾਹੋਗੇ ਕਿ ਜ਼ਿਆਦਾ ਤੋਂ ਜ਼ਿਆਦਾ ਮੂਵੀਜ਼ ਦੇਖਣ ਵਾਸਤੇ ਆਉਣ? ਉਹਨਾਂ ਲਈ ਇੱਕ ਖੁਸ਼ਖਬਰੀ ਵੀ ਦਿੰਦਾ ਮੈਂ, ਅਤੇ ਖੁਸ਼ਖਬਰੀ ਇਹ ਭਾਈ, ਟਿਕਟਾਂ ਨੇ ਜਿਹੜੀਆਂ ਸਿਨੇਮੇ ਦੀਆਂ ਉਹ ਸਸਤੀਆਂ ਹੋ ਗਈਆਂ। ਜਿਹੜੇ ਸਟੂਡੈਂਟ ਹੁੰਦੇ ਆ ਵਿਚਾਰਿਆਂ ਕੋਲ, ਉਹਨਾਂ ਕੋਲ ਪੈਸੇ ਘੱਟ ਹੁੰਦੇ ਆ, ਚਾਹੇ ਜਿੱਡਾ ਮਰਜ਼ੀ ਪੜਾਕੂ ਹੋਵੇ, ਉਸ ਲੈਵਲ 'ਤੇ ਆ ਕੇ, ਕਿਉਂਕਿ ਫਿਲਮ ਇਹਨਾਂ ਨੇ ਦੇਖਣੀ ਹੁੰਦੀ ਹੈ ਸਾਰੀ, ਹੈ ਨਾ, ਉਹਨਾਂ ਲਈ ਖੁਸ਼ਖਬਰੀ ਹੈ ਕਿ ਟਿਕਟਾਂ ਸਸਤੀਆਂ ਹੋ ਗਈਆਂ, ਸਾਡੀ ਗੌਰਮੈਂਟ ਨੇ ਕਰਤੀਆਂ। ਦੂਜੀ ਗੱਲ, 18 ਜਨਵਰੀ ਠੰਡ ਹੋਊਗੀ, ਮਾੜੀ ਜਿਹੀ ਰਜਾਈ ਛੇਤੀ ਟੱਕ ਚੱਕ ਲਿਓ, 5 ਵਜੇ ਉੱਠ ਪਿਓ, ਪਹਿਲਾਂ ਸ਼ੋਅ ਦੇਖਿਓ, ਅਤੇ ਉਹ ਤੁਹਾਡਾ ਬਿਲਕੁਲ ਵਰਥ ਨਹੀਂ ਜਾਊਗਾ। ਜਿਵੇਂ ਵਰਥ ਹੁੰਦਾ ਸ਼ਬਦ, ਵਿਅਰਥ, ਇੰਗਲਿਸ਼ ਆ ਗਈ ਜੀ ਥੋੜ੍ਹੀ ਜੀ, ਕਿ ਵਿਅਰਥ ਨਹੀਂ ਜਾਣਗੇ। ਤੁਸੀਂ 100 ਰੁਪਈਆ ਖਰਚ ਕੇ ਵੀ ਪੂਰਾ, ਜਿਵੇਂ ਕਹਿੰਦੇ ਨੇ 400 ਰੁਪਈਏ ਵਾਲਾ ਆਨੰਦ ਜ਼ਰੂਰ ਮਾਣੋਗੇ। ਅਤੇ ਬਾਕੀ ਫਿਲਮ ਦੇਖ ਕੇ ਸਾਨੂੰ ਦੱਸਿਓ ਜ਼ਰੂਰ ਕਿ ਫਿਲਮ ਕਿੱਦਾਂ ਦੀ ਲੱਗੀ। ਜੀ ਬਿਲਕੁਲ, ਕਾਕਾ ਜੀ ਮੂਵੀ ਨੂੰ ਲੈ ਕੇ ਫਿਲਮ ਦੀ ਸਟਾਰਕਾਸਟ ਨੂੰ ਉਮੀਦ ਤਾਂ ਹੈ ਹੀ ਹੈ, ਸਾਨੂੰ ਵੀ ਬਹੁਤ ਜ਼ਿਆਦਾ ਉਮੀਦ ਹੈ, ਕਿਉਂਕਿ ਇਹ ਮੂਵੀ ਦੇ ਵਿੱਚ ਹਰ ਉਹ ਕਿਰਦਾਰ ਦੇਖਣ ਨੂੰ
ਕੈਮਰਾਮੈਨ ਆਕਾਸ਼ ਗਿੱਲ ਦੇ ਨਾਲ ਪ੍ਰਹਲਾਦ ਸੰਗੇਲੀਆ, ਇੰਡੀਆ 24 ਨਿਊਜ਼, ਚੰਡੀਗੜ੍ਹ।